ਡਿਊਟੀ ਤੇ ਆਇਆ ਹੋਇਆ ਫੌਜ ਦਾ ਜਵਾਨ ਨਦੀ ਦੇ ਵਿੱਚ ਡੁੱਬ ਗਿਆ ਸੀ। ਪਿਛਲੇ 6 ਦਿਨਾਂ ਤੋਂ NDRF ਦੀ ਟੀਮ ਨੇ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਤਾਂ ਆਖਿਰਕਾਰ ਫੌਜੀ ਦੀ ਮ੍ਰਿਤਕ ਦੇ ਬਾਹਰ ਕੱਢੀ ਗਈ। ਉੱਤਰਾਖੰਡ ਦੇ ਨੈਨੀਤਾਲ ਦਾ ਇਹ ਮਾਮਲਾ ਹੈ। ਕਲਸਾ ਨਦੀ ਦੇ ਵਿੱਚ ਫੌਜ ਦਾ ਜਵਾਨ ਡੁੱਬ ਗਿਆ ਸੀ। ਛੁੱਟੀ ਦੇ ਦੌਰਾਨ ਇਹ ਹਾਦਸਾ ਹੋਇਆ ਤਾਂ ਲਗਾਤਾਰ NDRF ਦੀ ਟੀਮ ਭਾਲ ਦੇ ਵਿੱਚ ਲੱਗੀ ਹੋਈ ਸੀ। ਦਿਨ ਰਾਤ ਇੱਕ ਕੀਤਾ ਹੋਇਆ ਸੀ। ਪਿਛਲੇ 6 ਦਿਨਾਂ ਤੋਂ ਸਰਚ ਆਪਰੇਸ਼ਨ ਚਲਾਇਆ ਗਿਆ। ਟੀਮ ਨੇ ਨਦੀ ਦੇ 300 ਮੀਟਰ ਥੱਲੇ ਜਾ ਕੇ ਪੱਥਰਾਂ ਦੇ ਵਿੱਚ ਫੌਜੀ ਜਵਾਨ ਦੀ ਮ੍ਰਿਤਕ ਦੇਹ ਨੂੰ ਲੱਭ ਲਿਆ। ਲਾਸ਼ ਨੂੰ ਲੱਭ ਕੇ ਜ਼ਿਲ੍ਹਾ ਪੁਲਿਸ ਦੇ ਹਵਾਲੇ ਕੀਤਾ ਗਿਆ। ਇਹ ਫੌਜੀ ਜਵਾਨ ਮੂਲ ਰੂਪ ਦੇ ਵਿੱਚ ਬਾਗੇਸ਼ਵਰ ਦਾ ਰਹਿਣ ਵਾਲਾ ਸੀ। ਛੁੱਟੀ 'ਤੇ ਆਇਆ ਸੀ ਜਿਸ ਦੌਰਾਨ ਇਹ ਨਦੀ ਦੇ ਵਿੱਚ ਡੁੱਬ ਗਿਆ। 9 ਜੁਲਾਈ ਨੂੰ ਇਸ ਬਾਬਤ ਸਾਰੀ ਜਾਣਕਾਰੀ NDRF ਨੂੰ ਮਿਲੀ, ਜਿਸ ਤੋਂ ਬਾਅਦ ਲਗਾਤਾਰ ਇਸ ਫੌਜੀ ਦੀ ਤਲਾਸ਼ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਪੱਥਰਾਂ ਦੇ ਵਿੱਚ ਨਦੀ ਤੋਂ 300 ਮੀਟਰ ਥੱਲੇ ਜਾ ਕੇ ਇਸ ਫੌਜੀ ਜਵਾਨ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਗਿਆ, ਲੱਭਿਆ ਗਿਆ ਤੇ ਲਾਸ਼ ਨੂੰ ਜ਼ਿਲ੍ਹਾ ਪੁਲਿਸ ਦੇ ਹਵਾਲੇ ਕੀਤਾ ਗਿਆ। ਛੁੱਟੀ 'ਤੇ ਆਇਆ ਹੋਇਆ ਫੌਜ ਦਾ ਜਵਾਨ ਨਦੀ ਦੇ ਵਿੱਚ ਡੁੱਬ ਗਿਆ ਸੀ। ਪਿਛਲੇ 6 ਦਿਨਾਂ ਤੋਂ NDRF ਦੀ ਟੀਮ ਨੇ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਤਾਂ ਆਖਿਰਕਾਰ ਫੌਜੀ ਦੀ ਮ੍ਰਿਤਕ ਦੇਹ ਬਾਹਰ ਕੱਢੀ ਗਈ। ਉੱਤਰਾਖੰਡ ਦੇ ਨੈਨੀਤਾਲ ਦਾ ਇਹ ਮਾਮਲਾ ਹੈ। ਕਲਸਾ ਨਦੀ ਦੇ ਵਿੱਚ ਫੌਜ ਦਾ ਜਵਾਨ ਡੁੱਬ ਗਿਆ ਸੀ। ਛੁੱਟੀ ਦੇ ਦੌਰਾਨ ਇਹ ਹਾਦਸਾ ਹੋਇਆ ਤਾਂ ਲਗਾਤਾਰ NDRF ਦੀ ਟੀਮ ਭਾਲ ਦੇ ਵਿੱਚ ਲੱਗੀ ਹੋਈ ਸੀ। ਦਿਨ ਰਾਤ ਇੱਕ ਕੀਤਾ ਹੋਇਆ ਸੀ। ਪਿਛਲੇ 6 ਦਿਨਾਂ ਤੋਂ ਸਰਚ ਆਪਰੇਸ਼ਨ ਚਲਾਇਆ ਗਿਆ। ਟੀਮ ਨੇ ਨਦੀ ਦੇ 300 ਮੀਟਰ ਥੱਲੇ ਜਾ ਕੇ ਪੱਥਰਾਂ ਦੇ ਵਿੱਚ ਫੌਜੀ ਜਵਾਨ ਦੀ ਮ੍ਰਿਤਕ ਦੇਹ ਨੂੰ ਲੱਭ ਲਿਆ। ਲਾਸ਼ ਨੂੰ ਲੱਭ ਕੇ ਜ਼ਿਲ੍ਹਾ ਪੁਲਿਸ ਦੇ ਹਵਾਲੇ ਕੀਤਾ ਗਿਆ। ਇਹ ਫੌਜੀ ਜਵਾਨ ਮੂਲ ਰੂਪ ਦੇ ਵਿੱਚ ਬਾਗੇਸ਼ਵਰ ਦਾ ਰਹਿਣ ਵਾਲਾ ਸੀ। ਛੁੱਟੀ 'ਤੇ ਆਇਆ ਸੀ ਜਿਸ ਦੌਰਾਨ ਇਹ ਨਦੀ ਦੇ ਵਿੱਚ ਡੁੱਬ ਗਿਆ। 9 ਜੁਲਾਈ ਨੂੰ ਇਸ ਬਾਬਤ ਸਾਰੀ ਜਾਣਕਾਰੀ NDRF ਨੂੰ ਮਿਲੀ, ਜਿਸ ਤੋਂ ਬਾਅਦ ਲਗਾਤਾਰ ਇਸ ਫੌਜੀ ਦੀ ਤਲਾਸ਼ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਪੱਥਰਾਂ ਦੇ ਵਿੱਚ ਨਦੀ ਤੋਂ 300 ਮੀਟਰ ਥੱਲੇ ਜਾ ਕੇ ਇਸ ਫੌਜੀ ਜਵਾਨ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਗਿਆ, ਲੱਭਿਆ ਗਿਆ ਤੇ ਲਾਸ਼ ਨੂੰ ਜ਼ਿਲ੍ਹਾ ਪੁਲਿਸ ਦੇ ਹਵਾਲੇ ਕੀਤਾ ਗਿਆ। ਛੁੱਟੀ 'ਤੇ ਆਇਆ ਹੋਇਆ ਫੌਜ ਦਾ ਜਵਾਨ ਨਦੀ ਦੇ ਵਿੱਚ ਡੁੱਬ ਗਿਆ ਸੀ। ਪਿਛਲੇ 6 ਦਿਨਾਂ ਤੋਂ NDRF ਦੀ ਟੀਮ ਨੇ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਤਾਂ ਆਖਿਰਕਾਰ ਫੌਜੀ ਦੀ ਮ੍ਰਿਤਕ ਦੇਹ ਬਾਹਰ ਕੱਢੀ ਗਈ। ਉੱਤਰਾਖੰਡ ਦੇ ਨੈਨੀਤਾਲ ਦਾ ਇਹ ਮਾਮਲਾ ਹੈ। ਕਲਸਾ ਨਦੀ ਦੇ ਵਿੱਚ ਫੌਜ ਦਾ ਜਵਾਨ ਡੁੱਬ ਗਿਆ ਸੀ। ਛੁੱਟੀ ਦੇ ਦੌਰਾਨ ਇਹ ਹਾਦਸਾ ਹੋਇਆ ਤਾਂ ਲਗਾਤਾਰ NDRF ਦੀ ਟੀਮ ਭਾਲ ਦੇ ਵਿੱਚ ਲੱਗੀ ਹੋਈ ਸੀ। ਦਿਨ ਰਾਤ ਇੱਕ ਕੀਤਾ ਹੋਇਆ ਸੀ। ਪਿਛਲੇ 6 ਦਿਨਾਂ ਤੋਂ ਸਰਚ ਆਪਰੇਸ਼ਨ ਚਲਾਇਆ ਗਿਆ। ਟੀਮ ਨੇ ਨਦੀ ਦੇ 300 ਮੀਟਰ ਥੱਲੇ ਜਾ ਕੇ ਪੱਥਰਾਂ ਦੇ ਵਿੱਚ ਫੌਜੀ ਜਵਾਨ ਦੀ ਮ੍ਰਿਤਕ ਦੇਹ ਨੂੰ ਲੱਭ ਲਿਆ। ਲਾਸ਼ ਨੂੰ ਲੱਭ ਕੇ ਜ਼ਿਲ੍ਹਾ ਪੁਲਿਸ ਦੇ ਹਵਾਲੇ ਕੀਤਾ ਗਿਆ। ਇਹ ਫੌਜੀ ਜਵਾਨ ਮੂਲ ਰੂਪ ਦੇ ਵਿੱਚ ਬਾਗੇਸ਼ਵਰ ਦਾ ਰਹਿਣ ਵਾਲਾ ਸੀ। ਛੁੱਟੀ 'ਤੇ ਆਇਆ ਸੀ ਜਿਸ ਦੌਰਾਨ ਇਹ ਨਦੀ ਦੇ ਵਿੱਚ ਡੁੱਬ ਗਿਆ। 9 ਜੁਲਾਈ ਨੂੰ ਇਸ ਬਾਬਤ ਸਾਰੀ ਜਾਣਕਾਰੀ NDRF ਨੂੰ ਮਿਲੀ, ਜਿਸ ਤੋਂ ਬਾਅਦ ਲਗਾਤਾਰ ਇਸ ਫੌਜੀ ਦੀ ਤਲਾਸ਼ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਪੱਥਰਾਂ ਦੇ ਵਿੱਚ ਨਦੀ ਤੋਂ 300 ਮੀਟਰ ਥੱਲੇ ਜਾ ਕੇ ਇਸ ਫੌਜੀ ਜਵਾਨ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਗਿਆ, ਲੱਭਿਆ ਗਿਆ ਤੇ ਲਾਸ਼ ਨੂੰ ਜ਼ਿਲ੍ਹਾ ਪੁਲਿਸ ਦੇ ਹਵਾਲੇ ਕੀਤਾ ਗਿਆ।